ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਦੱਸੋ ਜੀ, ਕਿੱਦਾਂ ਹੋ ਸਾਰੇ ਜਾਣੇ? ਠੀਕ ਠਾਕ? ਵਧੀਆ। ਅਤੇ ਆਪਾਂ ਵੀ ਵਧੀਆ ਠੀਕ ਠਾਕ। ਅਤੇ ਅੱਜ ਆਪਾਂ ਹੋ ਗਏ ਸਵੇਰੇ ਸਵੇਰੇ ਤਿਆਰ, ਅਤੇ ਇੱਧਰ ਕਰਤਾ ਗੁਰਸ਼ਾਨੂੰ ਵੀ ਤਿਆਰ। ਗੁਰਸ਼ਾਨ ਚੱਲਾ ਸਕੂਲ, ਅਤੇ ਮੈਂ ਤਾਂ ਤਿਆਰ ਹੋ ਗਈ ਸਵੇਰੇ ਸਵੇਰੇ। ਗੁਰਸਾਹਿਬ ਰਹਿ ਗਿਆ ਤਿਆਰ ਕਰਨ ਵਾਲਾ, ਕਿਉਂਕਿ ਅੱਜ ਗੁਰਸਾਹਿਬ ਨੂੰ ਲੱਗਣਾ ਟੀਕਾ ਪਹਿਲਾਂ, ਗੁਰਸ਼ਾਨ ਨੂੰ ਇਹਦੀ ਵਾਸਤੇ ਛੱਡ ਆਉਣਾ। ਉੱਤੋਂ ਅੱਧੇ ਘੰਟੇ ਬਾਅਦ ਜਿਹੜਾ ਵਾ ਹੋਸਪਿਟਲ ਜਾਣਾ, ਅਤੇ ਮੈਂ ਸੋਚਿਆ ਵੀ ਗੁਰਸਾਹਿਬ ਨੂੰ ਆਣ ਕੇ ਤਿਆਰ ਕਰੂੰਗੀ, ਕਿਉਂਕਿ ਟਾਈਮ ਹੁਣ ਥੋੜ੍ਹਾ ਹੀ, 2-3 ਮਿੰਟ ਰਹਿ ਗਏ ਜਾਣ ਦੇ ਵਿੱਚ। ਅਤੇ ਮੈਂ ਸੋਚਿਆ ਵੀ ਆਣ ਕੇ ਇਹਨੂੰ ਰੈਡੀ ਕਰੂੰਗੀ, ਅਤੇ ਅੱਜ ਲੱਗਣਾ ਇਹਨੂੰ ਟੀਕਾ। ਅਤੇ ਇਹਨੂੰ ਕੋਈ ਪਤਾ ਨਹੀਂ ਆ, ਬਹੁਤ ਖੁਸ਼ ਆ ਇਸ ਟਾਈਮ ਖੇਡਣ ਲਈ। ਬਹਿ ਕੈਮਰਾ ਕਰਕੇ ਦਿਖਾ ਦੀ ਤੁਹਾਨੂੰ। ਅੱਜ ਤੁਹਾਨੂੰ ਟੀਕਾ ਲੱਗਣਾ ਜੀ, ਅੱਜ ਟੀਕਾ ਲੱਗਣਾ ਜੀ, ਤੁਹਾਨੂੰ ਪਤਾ ਨਹੀਂ ਹੈ। ਹਾਂਜੀ, ਗੱਲਾਂ ਬਹੁਤ ਹੁੰਦੀਆਂ ਤੁਹਾਨੂੰ, ਜਦੋਂ ਟੀਕਾ ਲੱਗਾ ਫਿਰ ਪਤਾ ਲੱਗਣਾ ਤੁਹਾਨੂੰ। ਨੋ 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 ਨੋ, ਖਾ ਗਿਆ। ਆਹਾ, ਇੰਨੀਆਂ ਗੱਲਾਂ ਨਹੀਂ ਚੱਲੀਆਂ। ਹਾਂਜੀ ਹਾਂਜੀ, ਟੀਕਾ ਲੱਗਣਾ ਜੀ ਅੱਜ ਤੁਹਾਨੂੰ। ਇਹ ਅਜੇ 3 ਮਹੀਨੇ ਤੇ ਅੱਜ ਹੋਇਆ ਵਾ, ਠੀਕ ਹੈ, ਤਰੀਕ 26-27, 8 ਦਿਨਾਂ ਦਾ ਹੋਇਆ। ਤੇ ਹੰਗਾਰੇ ਵੇਖ ਕਿੱਦਾਂ ਗੱਲਾਂ ਕਰਨ ਨੂੰ ਫਿਰਦਾ। ਹਾਂਜੀ, ਕਿੱਥੇ ਜਾਣਾ ਜੀ ਅੱਜ ਤੁਸੀਂ? ਟੀਕਾ ਲਾਉਣ। ਕਿੱਥੇ ਜਾਣਾ ਦੱਸੋ? ਟੀਕਾ ਲਾਉਣ। ਗੁਰਸ਼ਾਨ ਵੱਲ ਵੇਖ ਕੇ ਇੰਨਾ ਖੁਸ਼ ਹੁੰਦਾ ਨਾ। ਗੁਰਸ਼ਾਨ ਤੇਰੇ ਨਾਲ ਗੱਲਾਂ ਕਰਦਾ ਹੈ, ਉਧਰੇ ਕਰ ਗੱਲਾਂ ਉਹਦੇ ਨਾਲ। ਇੱਦਾਂ ਕਰਤਾ ਹੋ ਗਾ ਵੀਰੇ, ਨਾ ਵੀਰ ਨੂੰ ਨੀ ਕਰੀਦਾ, ਵੱਡਾ ਵੀਰਾ ਆ, ਕੁੱਟ ਪੈਂਦੀ ਹੁੰਦੀ ਵੱਡੇ ਵੀਰੇ ਨੂੰ, ਨੀ ਕੁਛ ਕਹੀਦਾ। ਹਾਂਜੀ ਹਾਂ, ਬਸ ਨਾ ਕਰੋ ਇੰਨੀਆਂ ਗੱਲਾਂ, ਇੰਨਾ ਗੱਲਾਂ ਨਾ ਕਰੋ। ਹਾਂਜੀ ਚਲੋ ਚੱਲੀਏ, ਚੱਲੀਏ ਸਕੂਲ, ਟਾਈਮ ਹੋ ਗਿਆ। ਚਲ ਕੁਛ ਨੀ, ਬੈਗ ਆਪਣਾ। ਤੁਸੀਂ ਨਹੀਂ ਮੰਨਦੇ, ਤੁਸੀਂ ਮੰਨ ਲਿਆ ਕਰੋ ਤੁਸੀਂ ਤੁਸੀਂ ਚੱਕਲਾ ਪੁੱਤ ਸਾਈਨ ਤੇਰਾ, ਬਸ ਆਉਣੀ ਹੈ। ਧੁੱਪ ਵੀ ਅੱਜ ਕਿੰਨੀ ਵਧੀਆ ਲੱਗੀ, ਪਰ ਆ ਬਸ 10 ਵਜੇ ਤੱਕ ਧੁੱਪ ਆ, ਕਿ ਧੁੱਪ ਹੈ ਨਹੀਂ ਆ। ਲਓ ਜੀ, ਇੱਧਰ ਗੁਰਸਾਹਿਬ ਨੂੰ ਟੀਕਾ ਲੱਗ ਗਿਆ, ਅਤੇ ਵਿਚਾਰਾ ਗੱਡੀ 'ਚ ਹੀ ਸੌਂਦਾ ਸੌ ਗਿਆ, ਪਰ ਰੋਇਆ ਬਹੁਤ ਇੱਕ ਵਾਰੀ ਤਾਂ ਉੱਥੇ, ਪਰ 2 ਕੁ ਮਿੰਟ ਬਾਅਦ ਰੋ ਕੇ ਚੁੱਪ ਕਰ ਗਿਆ, ਤਾਂ ਹੁਣ ਸੌਂ ਗਿਆ। ਮੈਂ ਸੋਚਿਆ ਦੁੱਧ ਪੀ ਲੂਗਾ, ਪਰ ਦੁੱਧ ਵੀ ਨਹੀਂ ਪੀਤਾ, ਇੱਦਾਂ ਹੀ ਸੌਂ ਗਿਆ। ਤਾਂ ਦੁੱਖ ਜਿਹਾ ਬੜਾ ਹੋਇਆ ਪਰ ਜਦੋਂ ਰੋਇਆ, ਪਰ ਇਸ ਵਾਰੀ ਇਹ ਵੀ ਕੋਈ ਟੀਕਾ ਲੱਗਾ, ਉਹ ਵੀ ਇਹਦੀ ਸੱਜੀ ਲੱਤ ਦੇ ਉੱਤੇ, ਦੋਵਾਂ 3 ਲੱਗੇ। ਚਲੋ ਇੱਕ ਦਾ ਬਚਾਅ ਆ, ਚਲੋ ਬੰਦਾ ਇੱਕ ਦੀ ਕੇਅਰ ਕਰ ਲੈਂਦਾ, ਨਹੀਂ ਤਾਂ ਦੋਵਾਂ ਦਾ ਧਿਆਨ ਬਹੁਤ ਰੱਖਣਾ ਪੈਂਦਾ। ਅਤੇ ਹੁਣ ਅਸੀਂ ਵੀ ਆਪਣੇ ਕੱਪੜੇ ਜਿਹੜੇ ਚੇਂਜ ਕਰ ਲਈਏ, ਕਿਉਂਕਿ ਸਵੇਰ ਦੇ ਬਸ ਕਦੀ ਗੁਰਸ਼ਾਨ ਨੂੰ ਛੱਡ ਦਿਓ ਅਤੇ ਕਦੀ ਗੁਰਸਾਹਿਬ ਨੂੰ ਲੈ ਜਾਓ, ਬਸ ਇਸੇ ਕੰਮਾਂ ਦੇ ਵਿੱਚ ਟਾਈਮ ਦਾ ਪਤਾ ਨਹੀਂ ਲੱਗਦਾ ਕਿੰਨਾ ਟਾਈਮ। ਮੇਰੇ ਹਿਸਾਬ ਨਾਲ ਹੁਣ ਸਾਡੇ ਟਾਈਮ 11 ਵੱਜਣ ਵਾਲੇ ਆ, ਪੌਣੇ 11 ਹੋ ਗਏ ਹੋਣੇ ਆ, ਕਿਉਂਕਿ ਤਰਨ ਨੇ ਜਾਣਾ ਕੰਮ 'ਤੇ। ਹਾਂ, 10:30 ਹੋ ਗਿਆ ਇਹਦੀ ਅਪੁਆਇੰਟਮੈਂਟ, 10:20 ਦੀ, ਪਰ ਅਸੀਂ ਹੋਸਪਿਟਲ ਜਿਹੜਾ ਵਾ ਪਹੁੰਚ ਗਏ ਸੀ ਕੋਈ 10 ਵਜੇ, ਅਤੇ ਉਹਨਾਂ ਨੇ ਜਾਂਦੇ ਹੀ ਇੰਜੈਕਸ਼ਨ ਵਗੈਰਾ ਲਾ ਤਾ, ਕਿਉਂਕਿ ਬੱਚਿਆਂ ਨੂੰ ਉਸ ਵੇਲੇ ਇੰਜੈਕਸ਼ਨ ਲਾ ਕੇ ਬਾਹਰ ਬਾਲ ਦਿੰਦੇ ਆ ਵੀ 10-15 ਮਿੰਟ ਲੈ ਕੇ ਰੁਕੋ ਵੀ ਕੋਈ ਬੱਚੇ ਨੂੰ ਪ੍ਰੋਬਲਮ ਨਾ ਹੋਵੇ, ਅਤੇ ਪਰ ਵੀ ਠੀਕ ਰਿਹਾ। ਫਿਰ ਅਸੀਂ 10-15 ਮਿੰਟ ਬੈਠੇ ਅਤੇ ਫਿਰ ਵਾਪਸ ਆ ਗਏ, ਅਤੇ ਮੌਸਮ ਬੜਾ ਵਧੀਆ, ਧੁੱਪ ਧੱਪ ਲੱਗੀ ਆ, ਕੱਪੜੇ ਕੁੱਪੜੇ ਧੋ ਲਏ ਸੀ ਰਾਤੀ ਹੀ ਮੈਂ, ਕਿਉਂਕਿ ਫਿਰ ਮੈਨੂੰ ਪਤਾ ਸੀ ਮੈਂ ਸਿਰ ਸਿਰ ਇੰਨੀ ਕੰਮ ਕਰਨਾ ਪੈਣਾ, ਅਤੇ ਹੁਣ ਥੋੜ੍ਹਾ ਫ੍ਰੀ ਜਿਹੀ ਹੋਈ ਸੀ ਮੈਂ, ਹੁਣ ਸੋਚਿਆ 10 ਮਿੰਟ ਲੰਬੇ ਬਲੀ, ਕਿਉਂਕਿ ਰਾਤ ਵੀ ਇਹਨੂੰ ਉੱਠ ਉੱਠ ਕੇ ਬਾਰ ਬਾਰ ਮਤਲਬ ਕਿ 2-3 ਵਾਰੀ ਦੁੱਧ ਪਿਲਾਉਣਾ ਪੈਂਦਾ,
कदी कदी बोतल धोनी पैंदी कदी कुछ, तो उहदे करके हुण थोड़ी रैसट करूँगी। तो मिलते अगले ब्लॉग च, क्योंकि दो तीन दिन हो गए कोई वीडियो बनाउण दा भी दिल नहीं कर रहा। इदां ही विच कोई ना कोई काम निकल ही हुंदा ही, विच छुट्टियां आ गईयां, शान हुणां नूं फिर इदां ही रौला रौला घरे रहिंदा ते बनी नहीं। तो मैं सोचा भी अज क्यों ना वीडियो बना लीए। तो चलो जी, ठीक है, ओके जी, बाय जी।